ਸਤਿ ਸ਼੍ਰੀ ਅਕਾਲ ਜੀ। ਅਖੀਰਲੇ ਪੜਾਅ ਜਿਹੜੇ ਦੋ ਆ ਨਾ, ਉਹ ਪੜਾਅ ਤੇ ਲੱਗਣੇ ਆ। ਇਹ ਆ ਸਾਡੇ ਡੈਡੀ ਜੀ, ਜਿਹੜੇ ਤੁਸੀਂ ਪੁੱਛਦੇ ਰਹਿੰਦੇ ਜੇ, ਤੇ ਇਹ ਆ ਕੁਸ਼ਰੀ ਜਥਾ ਡੈਡੀ ਜੀ ਦਾ। ਮੈਂ ਕਿਹਾ ਡੈਡੀ ਜੀ ਉਹਨਾਂ ਦੀਆਂ ਵੀ ਗੱਲਾਂ ਰਿਕਾਰਡ ਕਰ ਲੈਂਦੇ ਆ ਵੀ ਇਹ ਕੀ ਸਲਾਹਾਂ ਕਰਦੇ ਆ, ਕਿਉਂਕਿ ਇਹ ਕੁਸ਼ਰੀ ਵਾਲੇ ਆ। ਅਸੀਂ ਜਦੋਂ ਬਹਿਣਾ, ਅਸੀਂ ਉਹਦਾ ਸਟੋਰੀ ਦੀ ਸਲਾਹ ਕਰਨੀ, ਤੇ ਅਸੀਂ ਜਦੋਂ ਬਹਿਣਾ ਉਦੋਂ ਕੁਸ਼ਰੀ ਦੀ। ਤਿਆਰੀ ਚ ਰਹਿਣਾ ਚਾਹੀਦਾ ਵਾ ਨਾ, ਕੋਈ ਪਤਾ ਕਿਥੋਂ ਬੁਲਾਵਾ ਆਉਣਾ। ਪੂਰੇ ਜਿੱਦਾਂ ਗਾਉਂਦਾ ਓਦਾਂ ਲਾਓ, ਇੱਕ ਸੰਦ ਕੋਈ ਕੋਈ ਨੀ ਮਨ। ਆਹੋ ਇਸ਼ਨਾਨ ਕਰਨ ਲਈ ਜਦ ਲਹਿਣਾ ਜੀ ਆਏ, ਉਸੇ ਖੂਹ ਤੇ ਭਾਈ ਜੋਧਾ ਜੀ ਵਾਰਿਆ ਸਾਦੀ ਗਾਏ। ਲੈਣ ਪੁੱਛਿਆ ਜੋਧੇ ਦੱਸੀ ਗੁਰ ਕੀ ਅਮਰ ਕਹਾਣੀ, ਭਾਈ ਲੈਣਾ ਜੀ ਪੜਦਾ ਹਾਂ ਮੈਂ ਗੁਰੂ ਨਾਨਕ ਦੀ ਬਾਣੀ। ਰਾਵੀ ਕੰਢੇ ਸਤਿਗੁਰ ਮੇਰੇ, ਰਾਵੀ ਕੰਢੇ ਸਤਿਗੁਰ ਮੇਰੇ, ਪੁਰ ਕਰਤਾਰ ਚ ਰਹਿੰਦੇ ਮਾਂ ਤ੍ਰਿਪਤਾ ਦੇ ਚੰਨ ਨੂੰ ਲੋਕੀ ਬਾਬਾ ਨਾਨਕ ਕਹਿੰਦੇ। ਕਰੇ ਮੇਰਾ ਗੋਬਿੰਦ ਜਿਨ੍ਹਾਂ ਨੇ ਰਮਜ ਪਛਾਣੀ, ਭਾਈ ਲੈਣਾ ਜੀ ਪੜਦਾ ਹਾਂ ਮੈਂ ਗੁਰੂ ਨਾਨਕ ਦੀ ਬਾਣੀ। ਆਸਾ ਮਨਸਾ ਹੋਣ ਪੂਰੀਆਂ, ਆਸਾ ਮਨਸਾ ਹੋਣ ਪੂਰੀਆਂ, ਆਸਾ ਵਾਰ ਜੁਗਾਵੇ ਮਨ ਨਿਰਮਲ ਉੱਜਲ ਬੁੱਧੀ ਗਿਆਨ ਦੀ ਗੰਗਾ ਨਾਵੇ। ਮੁਰਦਿਆਂ ਦੇ ਵਿੱਚ ਜੀਵਨ ਪਾਉਂਦੀ ਇਹ ਰਤਨਾ ਦੀ ਖਾਣੀ, ਭਾਈ ਲੈਣਾ ਜੀ ਪੜਦਾ ਹਾਂ ਮੈਂ ਗੁਰੂ ਨਾਨਕ ਦੀ ਬਾਣੀ। ਸੱਜਣ ਠੱਗ ਤੇ ਚੋਰ ਭੂਮੀਏ, ਸੱਜਣ ਠੱਗ ਤੇ ਚੋਰ ਭੂਮੀਏ, ਜਿਸ ਦੇ ਚਰਨੀ ਪੈ ਗਏ ਹਮ ਜਾਗੋ ਉਸ ਤੇ ਵਾਲੀ ਦਿਆ ਦੇ ਮਾਣ ਮਨਾਰੇ ਠਹਿ ਗਏ। ਕਰੇ ਮੇਰਾ ਗੋਬਿੰਦ ਜਿਨ੍ਹਾਂ ਨੇ ਰਮਜ ਪਛਾਣੀ, ਭਾਈ ਲੈਣਾ ਜੀ ਪੜਦਾ ਮੈਂ ਗੁਰੂ ਨਾਨਕ ਦੀ ਬਾਣੀ। ਇਸ ਬਾਣੀ ਦੇ ਬਾਣ ਸਤਿਗੁਰੂ, ਇਸ ਬਾਣੀ ਦੇ ਬਾਣ ਸਤਿਗੁਰੂ, ਜਦ ਬਾਬਰ ਨੂੰ ਮਾਰੇ ਹਾਰ ਮੰਨੀ ਤੇ ਚਰਨੀ ਡਿੱਗਾ ਰੋ ਰੋ ਹਾਲ ਪੁਕਾਰੇ। ਇਸ ਬਾਣੀ ਨੇ ਫਿਰ ਸਮਝਾਤੀ ਉਸਨੇ ਉਲਝੀ ਤਾਣੀ, ਭਾਈ ਲੈਣਾ ਜੀ ਪੜਦਾ ਹਾਂ ਮੈਂ ਗੁਰੂ ਨਾਨਕ।
ਨਾਨਕ ਦੀ ਬਾਣੀ ਭਵ ਸਾਗਰ ਤੋਂ ਪਾਰ ਕਰੇ ਤੇ ਕਾਗੋ ਹੰਸ ਬਣਾਉਂਦੀ ਜਨਮ ਮਰਨ ਦੇ ਗੇੜ ਮਕਾਉਂਦੀ ਮੈਲ ਮਨਾ ਤੋਂ ਲਾਉਂਦੀ ਓਏ ਬਾਣੀ ਪੂਜਾ ਜੋਗ ਬਣਾਵੇ ਜੋਗ ਨਾ ਮੜੀ ਮਸਾਣੀ ਭਾਈ ਲੈਣਾ ਜੀ ਪੜਦਾ ਮੈਂ ਗੁਰੂ ਨਾਨਕ ਦੀ ਬਾਣੀ ਜੋਗੀ ਕੇ ਕੁਰੈਲ ਵਰਗੇ ਵਰਜਣ ਬਾਣੀ ਗਾ ਕੇ ਜੁਗਤੀ ਦੇ ਨਾਲ ਮੁਕਤੀ ਮਿਲਦੀ ਇਸ ਸਰੋਵਰ ਨਾ ਕੇ ਮੁਰਦਿਆਂ ਦੇ ਵਿੱਚ ਜੀਵਨ ਪਾਉਂਦੀ ਇਹ ਰਤਨਾ ਦੀ ਖਾਣੀ ਭਾਈ ਲੈਣਾ ਜੀ ਪੜਦਾ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਬਹੁਤ ਵਧੀਆ ਹਾਂਜੀ ਤੇ ਇਹ ਕ੍ਰਿਸ਼ਰੀ ਜਥਾ ਜਿੰਨਾ ਜਿੰਨਾ ਗੁਰਬਾਣੀ ਦੀ ਓਟ ਤੱਕੀ ਪਾਰ ਭਵਜ ਲੋ ਓ ਮਨੁੱਖ ਹੋ ਗਏ ਜਿਸ ਥਾਂ ਤੇ ਬਾਣੀ ਦਾ ਜਾਪ ਹੋਇਆ ਜਿਸ ਥਾਂ ਤੇ ਬਾਣੀ ਦਾ ਜਾਪ ਹੋਇਆ ਸਫਲੇ ਥਾਂ ਹੋ ਗਏ ਹਰੇ ਰੁੱਖ ਹੋ ਗਏ ਜਿਨ੍ਹਾਂ ਰੋਗੀਆਂ ਨੂੰ ਜਨਮ ਤੋਂ ਰੋਗ ਲੱਗੇ ਦੁੱਖ ਦੂਰ ਹੋ ਗਏ ਸਾਤ ਚਿੱਤ ਹੋ ਗਏ ਆਉਣਾ ਜੱਗ ਤੇ ਸਫਲ ਦਲਬੀਰ ਸਿੰਘਾ ਅੱਗੇ ਜਾਣ ਬਦਲੇ ਉਜਲੇ ਮੁੱਖ ਹੋ ਗਏ ਅੱਗੇ ਜਾਣ ਬਦਲੇ ਉਜਲੇ ਮੁੱਖ ਹੋ ਗਏ ਆਹੋ ਕੇ ਬੰਦਗੀ ਨਾ ਕੀਤੀ ਤਾਂ ਫਿਰ ਬੰਦਾ ਅਖਵਾਉਣ ਦਾ ਕੀ ਫਾਇਦਾ ਸੰਗਤ ਵਿੱਚ ਸ਼ਾਂਤੀ ਨਾ ਮਾਣੀ ਤਾਂ ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਓਏ ਸਾਧ ਹੋ ਕੇ ਮਨ ਨੂੰ ਸਾਧਿਆ ਦਾ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਤਾਂ ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਇਹ ਸੰਗਤ ਦੀ ਥੋੜੀ ਹੁੰਦੀ ਨਾ ਉੱਥੇ ਹੌਲਾ ਹੁੰਦਾ ਤੇਰੀ ਅਣਖ ਸੀ ਸ਼ੇਰ ਦੀ ਅੱਖ ਵਰਗੀ ਸੂਰਜ ਵਾਂਗਰਾ ਚਮਕਦੀ ਸ਼ਾਨ ਤੇਰੀ ਤੇਰੇ ਤੀਰਾਂ ਦੇ ਪਾਪਾਂ ਦੇ ਖੰਭ ਤੋੜੇ ਆਕੜ ਜ਼ੁਲਮ ਦੀ ਪੰਨੀ ਤਲਵਾਰ ਤੇਰੀ ਤੇਰੇ ਬਾਜ ਦੇ ਬਾਜੀਆਂ ਜਿੱਤ ਲਈਆਂ ਭਾਵੇਂ ਲੱਗ ਜੇ ਗਈ ਸੰਤਾਨ ਤੇਰੀ ਭਾਰਤ ਮਾਂ ਦੀ ਸੱਖਣੀ ਇੱਕ ਉੱਤੇ ਯਾਰ ਵਿਸਣ ਲੱਗਾ ਘੁੰਮਣ ਘੇਰੀਆਂ ਦਾ ਉਹ ਘੱਟਾ ਪੈ ਗਿਆ ਸਮੇਂ ਦੀ ਅੱਖ ਅੰਦਰ ਉੱਡ ਉੱਡ ਕੇ ਜੁਨੀ ਹਨੇਰੀਆਂ ਦਾ ਧੌਲ ਕੰਬਿਆ ਸਮੇਂ ਦੇ ਪੈਰ ਥੜਕੇ ਭਾਰਤ ਮਾਂ ਦੇ ਮੂੰਹੋਂ ਆਵਾਜ਼ ਨਿਕਲੀ ਇਹੋ ਆਵਾਜ਼ ਜੁਰਮ ਦੀ ਮੌਤ ਬਣ ਕੇ ਚੰਡੀ ਰੂਪ ਦੇ ਵਿੱਚ ਤਲਵਾਰ ਨਿਕਲੀ ਵਾਹ
ਸਾਹਿਬ।